ਤੇ ਤੁਹਾਡਾ ਮੈਂ ਤੁਹਾਡੇ ਨਾਲ ਇੰਦਰਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਕੀ ਬਾਤ ਤਾਂ ਪੰਜਾਬ ਦੀ ਹਰ ਖਬਰ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਾਟਰ ਬੱਸ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਪਾਣੀ ਵਾਲੀ ਬੱਸ ਅੱਜ ਸੱਚ ਹੋ ਗਿਆ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰੀ ਕੇ ਵੈਟਲੈਂਡ ਦੇ ਵਿੱਚ ਇਸ ਦਾ ਰਸਮੀ ਉਦਘਾਟਨ ਕੀਤਾ ਤੇ ਉਪ ਮੁੱਖ ਮੰਤਰੀ ਨੇ ਇਸ ਦੌਰਾਨ ਵਿਰੋਧੀਆਂ ਤੇ ਨਿਸ਼ਾਨਾ ਲਗਾਇਆ ਤੇ ਕਿਹਾ ਕਿ ਜੋ ਲੋਕ ਮੇਰਾ ਮਜ਼ਾਕ ਉਡਾਉਂਦੇ ਸਨ ਉਹ ਤਸਵੀਰ ਨੂੰ ਜਵਾਬ ਹੈ ਪਾਣੀ ਦੇ ਵਿੱਚ ਚੱਲਣ ਵਾਲੀ ਬੱਸ ਦੀ ਟਿਕਟ ਆਨਲਾਈਨ ਇਸ ਵੈਬਸਾਈਟ www.amritsarharikecruise.com ਤੋਂ ਖਰੀਦੀ ਜਾ ਸਕਦੀ ਹੈ ਜਾਂ ਫਿਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪੰਜਾਬ ਟੂਰਿਜ਼ਮ ਦੇ ਕਾਊਂਟਰ ਤੋਂ ਲਈ ਜਾ ਸਕਦੀ ਹੈ ਪਾਣੀ ਦੀ ਬੱਸ ਦਾ ਸਫ਼ਰ 12.7 ਕਿਲੋਮੀਟਰ ਦਾ ਹੋਵੇਗਾ ਜਿਸ ਨੂੰ 45 ਮਿੰਟ ਦੇ ਵਿੱਚ ਪੂਰਾ ਕੀਤਾ ਜਾਏਗਾ 32 ਸੀਟਰ ਇਸ ਬੱਸ ਦੇ ਵਿੱਚ ਡਰਾਈਵਰ ਤੇ ਕੰਡਕਟਰ ਦੀ ਸੀਟ ਮਿਲਾ ਕੇ 34 ਸੀਟਾਂ ਨੇ ਸਾਰਿਆਂ ਨੂੰ ਲਾਈਫ ਜੈਕਟ ਪਾਉਣੀ ਜ਼ਰੂਰੀ ਹੋਏਗੀ ਤੇ ਇਹਨਾਂ ਦਿਨਾਂ ਦੇ ਵਿੱਚ ਟੂਰਿਸਟ ਵਾਟਰ ਬੱਸ ਦੇ ਵਿੱਚ ਸੈਰ ਦੇ ਦੌਰਾਨ ਵਿਦੇਸ਼ੀ ਪੰਛੀਆਂ ਨੂੰ ਵੀ ਦੇਖਣ ਦਾ ਲੁਤਫ ਲੈ ਸਕਣਗੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਤਕਰੀਬਨ 11 ਕਰੋੜ ਰੁਪਏ ਦੀ ਲਾਗਤ ਆਈ ਹੈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੋ ਵਿਰੋਧੀ ਧਿਰ ਦੇ ਆਗੂ ਪਾਣੀ ਵਾਲੀ ਬੱਸ ਨੂੰ ਲੈ ਕੇ ਵਿਅੰਗ ਕੱਸਦੇ ਸਨ ਇਹ ਉਹਨਾਂ ਦੇ ਲਈ ਜਵਾਬ ਹੈ ਤੇ ਇਸ ਦਰਮਿਆਨ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਪਾਣੀ 'ਚ ਚੱਲਣ ਵਾਲੀ ਬੱਸ ਤੇ ਤੰਜ ਕੱਸਿਆ ਸਾਲ ਡੇਢ ਸਾਲ ਪਹਿਲੇ ਕਿਹਾ ਸੀ ਪੰਜਾਬ ਵਿੱਚ ਪਾਣੀ ਵਾਲੀ ਬੱਸ ਚਲਾਵਾਂਗੇ ਤੇ ਵਿਰੋਧੀ ਤੇ ਲੋਕ ਸਮਝੇ ਕਿ ਸੁਖਬੀਰ ਬਾਦਲ ਮਖੌਲ ਕਰਦਾ ਹੈ ਉਹਨਾਂ ਦੇ ਸਾਹਮਣੇ ਹੈ ਪਾਣੀ ਵਾਲੀ ਬੱਸ ਵਿੱਚ ਸਾਰੇ ਪੱਤਰਕਾਰ ਤੇ ਮੈਂ ਆਪ ਬੈਠਾ ਤੇ ਹੁਣ ਅਸੀਂ ਪਾਣੀ ਵਾਲੀ ਬੱਸ ਤੇ ਬਹਿ ਕੇ ਅਸੀਂ ਹੁਣ ਅੰਦਰ ਜਾਵਾਂਗੇ ਸੋ ਜਿਹੜੀ ਮੈਂ ਅੱਜ ਤੱਕ ਮੈਂ ਕਹਿਣਾ ਚਾਹੁੰਦਾ ਕਿ ਅੱਜ ਤੱਕ ਜੋ ਵੀ ਮੈਂ ਕਿਹਾ ਮੈਂ ਪੂਰਾ ਕੀਤਾ ਇਸ ਗੱਲ ਦਾ ਉਹਨਾਂ ਵਿਰੋਧੀ ਸਾਰੇ ਆਪਣੇ ਬੈਗ ਪੈਕ ਕਰਕੇ ਹੁਣ ਪੰਜਾਬ ਤੋਂ ਬਾਹਰ ਚਲੇ ਜਾਣ ਕਿਉਂਕਿ ਹੁਣ ਉਹਨਾਂ ਕੋਲ ਕਹਿਣ ਨੂੰ ਕੁਛ ਨਹੀਂ ਹੈ ਤੇ ਸਾਰੇ ਵਿਰੋਧੀਆਂ ਨੂੰ ਕਹਿਣਾ ਟੋਪੀ ਵਾਲੇ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਤੇ ਕੈਪਟਨ ਸਾਹਿਬ ਨੂੰ ਆ ਜਾਓ ਬੱਸ ਬਹਿ ਕੇ ਤੁਹਾਨੂੰ ਸੈਰ ਕਰਾਉਣੇ ਪਹਿਲਾਂ ਕਹਿੰਦਾ ਸੀ ਲੁਧਿਆਣਾ ਮੈਟਰੋ ਸਿਟੀ ਬਣਾਉ ਕਿੱਥੇ ਬਣਾਤਾ ਹੁਣ ਕਿਉਂਕਿ ਮਾਗਰ ਪੈ ਗਏ ਸਾਰੇ ਲੋਕਾਂ ਨੂੰ ਕਲੈਕਸ਼ਨ ਆ ਗਈ ਹੈ ਉੱਥੇ ਲਿਆ ਕੇ ਜਿਹੜੀ ਉੱਤੋਂ ਮਾੜੀ ਮੋਟੀ ਸ਼ੇਪ ਬੱਸ ਵਰਗੀ ਬਣਾ ਦਿਓ ਥੱਲੇ ਕਿਸ਼ਤੀ ਚਲਾਈ ਜਾਂਦਾ ਕਿ ਝੂਠ ਬੋਲੀ ਜਾਂਦਾ ਤਾਂ ਕੋਰਾ ਤਾਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਾਂਗਰਸ ਦੀ ਟਿਕਟ ਵੰਡ ਤੇ ਵੀ ਆਪਣੀ ਰਾਏ ਰੱਖੀ ਹੈ ਭੱਠਲ ਨੇ ਕਿਹਾ ਹੈ ਕਿ ਲੀਡਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਕਿ ਕਾਂਗਰਸ ਦੇ ਵਿੱਚ ਨੇ ਤੇ ਹਲਕੇ ਦੀ ਸਥਿਤੀ ਤੇ ਬਾਹਰੀ ਲੀਡਰ ਦਾ ਹਲਕੇ ਦੇ ਵਿੱਚ ਦਬਦਬਾ ਦੇਖ ਕੇ ਹੀ ਉਸਨੂੰ ਟਿਕਟ ਦੇਣੀ ਚਾਹੀਦੀ ਹੈ ਭੱਠਲ ਨੇ ਨਾਲ ਹੀ ਕਿਹਾ ਕਿ ਸਾਡੀਆਂ ਟਿਕਟਾਂ ਫਾਈਨਲ ਰਾਊਂਡ ਦੇ ਵਿੱਚ ਨੇ ਤਾਂ ਉਹਨਾਂ ਨੇ ਤਵੱਜੋ ਦੇਣ ਨੂੰ ਕਿਹਾ ਹੈ ਕਾਂਗਰਸ ਲੀਡਰਾਂ ਨੂੰ ਕਿ ਉਹਨਾਂ ਲੀਡਰਾਂ ਨੂੰ ਟਿਕਟ ਦੇਣ ਦੇ ਵਿੱਚ ਪਹਿਲ ਕਰਨੀ ਚਾਹੀਦੀ ਹੈ ਅਗਰ ਸਾਡੀ ਆਪਣੀ ਪਾਰਟੀ 'ਚ ਬਿਨੇਬਿਲਟੀ ਵਾਲੇ ਚੰਗੇ ਉਮੀਦਵਾਰ ਹੈਗੇ ਆ ਤਾਂ ਸਾਨੂੰ ਫਸਟ ਪ੍ਰੈਫਰੈਂਸ ਆਪਣੀ ਪਾਰਟੀ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਹਾਂ ਜੇ ਕੋਈ ਬਾਹਰੋਂ ਆਇਆ ਮੈਂ ਇਹ ਨਹੀਂ ਕਹਿੰਦੀ ਕਿ ਬਿਲਕੁਲ ਹੀ ਉਹਨਾਂ 'ਤੇ ਦਰਵਾਜ਼ਾ ਬੰਦ ਕਰ ਲੈਣਾ ਚਾਹੀਦਾ ਹੈ ਜੇ ਇਹਦੇ ਵਿੱਚ ਵੀ ਮੈਂ ਕੋਈ ਹਰਜ ਨਹੀਂ ਸਮਝਦੀ ਕਿ ਜੇ ਕੁਛ ਨਾ ਕੁਛ ਐਡਜਸਟ ਕਰਨੇ ਪੈਣ ਉਹਨਾਂ ਸੀਟਾਂ 'ਤੇ ਜਿੱਥੇ ਅਸੀਂ ਸਮਝਦੇ ਹਾਂ ਕਿ ਸਾਡੀ ਸੀਟ ਨਿਕਲ ਸਕਦੀ ਹੈ 100% ਨਿਕਲ ਸਕਦੀ ਹੈ ਤਾਂ ਕੋਈ ਹਰਜ ਨਹੀਂ ਹੈ ਸੂਬੇ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਲਗਾਏ ਜਾ ਰਹੇ ਸਾਰੇ ਇਲਜ਼ਾਮਾਂ ਨੂੰ ਸੂਬੇ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੇਬੁਨਿਆਦ ਕਰਾਰ ਦਿੱਤਾ ਢੀਂਡਸਾ ਮੁਤਾਬਕ ਵਿਰੋਧੀ ਪਾਰਟੀਆਂ ਕੋਈ ਵੀ ਇਲਜ਼ਾਮ ਸਾਬਤ ਨਹੀਂ ਕਰ ਸਕੀਆਂ ਪੰਜਾਬ ਵਿੱਚ ਮੌਸਮ ਚੋਣਾਂ ਦਾ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਲਿਹਾਜ਼ਾ ਇਲਜ਼ਾਮਬਾਜ਼ੀਆਂ ਦੀ ਸਿਆਸਤ ਭੱਕ ਗਈ ਹੈ ਵਿਰੋਧੀ ਪਾਰਟੀਆਂ ਸੂਬੇ ਵਿੱਚ 10 ਸਾਲ ਤੋਂ ਰਾਜ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੜਚੋੜ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਸਾਰੇ ਇਲਜ਼ਾਮ ਲਗਾ ਰਹੀਆਂ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ਦੇ ਵੱਲੋਂ ਦੀ ਵਿਰੋਧੀਆਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਜਾ ਰਿਹਾ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਖਾਸ ਪ੍ਰੋਗਰਾਮ ਡਾਇਰੈਕਟ ਵਿਦ ਦਿਨੇਸ਼ 'ਚ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਕਹਿ ਰਹੇ ਨੇ ਕਿ ਸਰਕਾਰ ਦਾ ਅਕਸ ਬੇਦਾਗ ਹੈ ਵਿਰੋਧੀਆਂ ਨੇ ਇਲਜ਼ਾਮ ਤਾਂ ਲਾਏ ਪਰ ਥੋੜੇ ਵੀ ਸਾਬਤ ਨਹੀਂ ਕਰ ਸਕੇ ਮਾਈ ਕੁਐਸਚਨ ਇਜ਼ ਸਟ੍ਰੇਟ ਸਿੱਧਾ ਮੇਰਾ ਸਵਾਲ ਹੈ ਕਿ ਕਿਆ ਪਿਛਲੇ 4.5 ਸਾਲ ਮੈਂ ਸਰਕਾਰ ਇਹ ਕਿਹਾ ਜਾਏ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਬੇਦਾਗ ਰਹੀ ਦੇਖੀਏ ਬਿਲਕੁਲ ਬੇਦਾਗ ਰਹੀ ਹੈ ਦੇਖੋ ਇਸ਼ੂਜ਼ ਕੋਈ ਨਾ ਕੋਈ ਇਸ਼ੂਜ਼ ਕੋ ਕ੍ਰੋਪ ਅਪ ਕਰਤੇ ਰਹਤੇ ਹੈ ਐਸੇ ਮੈਂ ਨਹੀਂ ਬਾਤ ਕਰਤਾ ਹੂੰ ਬਟ ਉਨਕੋ ਸਬਸਟੈਂਸ਼ੀਏਟ ਨਹੀਂ ਹੋਏ ਹੈ ਵੋ ਦੀਜ਼ ਹੈਵ ਬੀਨ ਓਨਲੀ ਫ੍ਰਿਵਲਸ ਐਲੀਗੇਸ਼ਨਸ ਕੋਈ ਵੀ ਐਲੀਗੇਸ਼ਨ ਵੋ ਹੈ ਵਿਰੋਧੀ ਪਾਰਟੀ
कोई प्रूव नहीं कर सकी है। आप कह रहे हैं जो भी आरोप सरकार के ऊपर लगाए गए वो तथ्यहीन थे, तथ्य नहीं थे उसमें? बिल्कुल बिल्कुल, कोई आज तक नहीं प्रूव कर सके है, कोई भी ऑपोजिशन नहीं प्रूव कर सकी है। ढींडसा के इस बयान से विरोधियों ने पलटवार किया है। अजे तो इन्हों के कोर्टा च फिरते हैं सारे, सारिया तो जिन्हें कोर्टा के ब्लेम लगे इन्हों के किन्ने मंत्री कैबिनेट पता उन्होंने गिनती हैगी किन्ने मंत्रियों के उत्ते केस लगे ने? जे केस साढ़े अपने बेहूदा होंगे तो उन्होंने चार्ज फ्रेम क्यों होंगे? ये जड़िया करप्शन दिया गल्लां ने ना आ लैण दिओ समां, इन्हों दसांगे। ये गोडे गोडे डुबे हुए करप्शन के अकाली दल वाले, बिल्कुल आउंदिया सारे इन्हां नूं सबक सिखावांगे, दोने हथ बन के अंदर भेजांगे सारे नूं। पंजाब विच सियासी पार्टियां चोण मुहिम की शुरुआत कर चुकियां ने, आपो अपने हिसाब नाल एक दूजे ते इल्जामां दे तीर छड्डे जा रहे ने। पंकज कपाही, जी मीडिया, दिल्ली। परमिंदर सिंह ढींडसा इस बार लहरा गागा हल्के तो चोण लड़ रहे हैं। ढींडसा का कहना है कि पार्टी ने कांग्रेस होल्ड वाली इस सीट नू जीतन की जिम्मेवारी दी है, जबकि कांग्रेस मुताबक ढींडसा अपने हल्के सुनाम तो भज रहे हैं। पंजाब के खजाना मंत्री परमिंदर सिंह ढींडसा की इस बार सीट बदल दी गई। सुनाम तो चोण लड़न वाले ढींडसा इस बार लहरा गागा विधानसभा हल्के तो ताल ठोक रहे हैं। ढींडसा की सीट बदले जाने विरोधी कह रहे हैं कि खजाना मंत्री रहते हुए ढींडसा ने सुनाम विच कोई काम नहीं करवाया, किसी की कोई सार नहीं ली, लिहाजा ढींडसा सुनाम तो भज रहे हैं। जबकि ढींडसा के मुताबिक पार्टी ने उन्होंने लहरा गागा सीट जो लगातार कांग्रेस जित रही है उसनू जितने की जिम्मेदारी दी है। पिछले पांच बार से जो लहरा गागा है उधर से कांग्रेस जीतती आ रही है, सो मेरी पार्टी ने मुझे जिम्मेवारी दी है कि वो सीट जो लगातार पांच बार जो हारी है उसको आपने जीतना है, वो चुनाव लड़े और सीट जीते। जी। अगर मैं भागा होता तो मैं किसी सेफ सीट पे जाता। जी। जहां अगर मैं एक्सीएम के साथ चुनाव लड़ने के लिए जा रहा हूँ तो मैं भाग के थोड़ा जा रहा हूँ। लहरा गागा सीट तो कांग्रेस की सीनियर आगू और पंजाब की सबका मुख्यमंत्री रजिंदर कौर भट्ठल चोण जितते आए हैं। भट्ठल ने ढींडसा से पलटवार किया। सुनाम भी हारूगा तो लहरा भी हारन गए। अज पूरी तरह जी माड़ी मोटी अगे लोगों को गुमराह करके सुनाम सीटा दिखा के लै जाते कुछ नहीं किया, दस साल मिनिस्टर रह के जितते हूँ इन डर है कि मैं इतों जित नहीं सकता सुनाम तो, मैं अपने लहरे पर भरोसा, मैं अपने लहरे पर बैठी हाँ। काबले गौर है कि लहरा गागा सीट रजिंदर कौर भट्ठल लगातार जितते आ रहे हैं और इस बार सूबे के खजाना मंत्री ढींडसा भी लहरा गागा तो चोण मैदान च ने, लिहाजा इस बार लहरा गागा सीट काफी दिलचस्प रहने वाली है। न्यूज डेस्क रिपोर्ट, जी मीडिया। गल करते पंजाब रिपोर्ट्स की, जिस जरिए जी पंजाब हरियाणा हिमाचल की टीम हर हल्के का ब्यौरा ग्राउंड जीरो तो सामने रख रही है। अज गल करांगे विधानसभा हलका सुनाम दी, जिस दी पंजाब विधानसभा दे विच नुमाइंदगी परमिंदर सिंह ढींडसा करदे ने। काबले गौर है कि परमिंदर सिंह ढींडसा इस बार सुनाम हलके दी थां ते लहरा गागा तो चोण लड़ रहे ने। सुनाम तो विधायक रहिंदिया खजाना मंत्री ढींडसा ने अपने हलके दा किन्ना विकास करवाया, की लोकां दीआं मुश्किलां ने, की इत्थों दे मुद्दे ने, साढ़े पत्रकार जगतार पुलर दी ग्राउंड जीरो तों रिपोर्ट देखो। असी पहुंच चुके हैं विधानसभा हलका सुनाम। सुनाम की धरती भी एक पवित्र ते इतिहासिक धरती हैगी आ, और इस समय पंजाब के खजाना मंत्री परमिंदर सिंह ढींडसा इस हल्के की अगवाई कर रहे हैं। कि इस हल्के खजाना लगा और उस खजाने के नाल होए विकास किन्ने होए ने, ते की विरोधी ते सुनाम के लोग उन्हां विकास कार्यों के नाल अपनी सहमति प्रगटाउंदे ने, इस मुद्दे ते गलबात करांगे असी अपने खास प्रोग्राम पंजाब रिपोर्ट दौरान। विधानसभा हलका सुनाम जिला संगरूर का महत्वपूर्ण हलका है। शहीद उधम सिंह का नगर है सुनाम। सुनाम हलके का पंजाब की सियासत विच भी अहम स्थान है, क्योंकि इस हलके से ढींडसा परिवार का दबदबा रहा है। श्रोमणी अकाली दल के सीनियर आगू सुखदेव सिंह ढींडसा के पुत्र अते मौजूदा खजाना मंत्री परमिंदर सिंह ढींडसा
इस हल्के तो लगातार चार बार विधायक बन चुके ने। 2000 दी जिमनी चोण तो लैके हुण तक ओ इत्थों जित्ते आए ने, पर इस बार ओ सुनाम हलका छड के लहरा गगा हल्के तो विधानसभा दी चोण लड़ रहे ने, जदकि श्रोमणी अकाली दल ने सुनाम हल्के तो गोबिंद सिंह लौंगोवाल नूं अपना उम्मीदवार बनाया है। परमिंदर सिंह ढींडसा ने इस बार बेशक सुनाम दी बजाय हल्का लहरा गागा चुनिया, पर उन्हां दा दावा है कि अपने कार्यकाल दे दौरान उन्होंने हल्के दा रिकॉर्ड विकास करवाया। ढींडसा दे मुताबिक पिछले 5 वर्षां च उन्होंने हल्के दे विकास ते 250 करोड़ रुपए खर्च किए ने, अते विकास दे पक्षों सुनाम पंजाब दे लई 3 विकसित हल्कियां विचों इक है। सुनाम पहला शहर है जिहदे विच 100% सीवरेज ते 100% जिहड़ियां गलियां नालियां ने ओह पईआं ने। कॉलेज स्कूल्स दे विच जो चेंज होई है ते तकरीबन 90 करोड़ रुपया सिर्फ नहरी सिस्टम नूं नहरी ढांचे नूं ठीक करन वास्ते सुनाम हल्के दे विच पिछले 5 सालां च खर्च चुके हैं। 150 करोड़ रुपया असीं सड़कां दे उत्ते जिहड़ा है कल्ले सुनाम हल्के दे विच पंजाब सरकार ने खर्च किया। खजाना मंत्री वालों हल्के दे विकास ते कीते जा रहे दावे ते कांग्रेस ने व्यंग करदिया किया है कि जे परमिंदर सिंह ढींडसा ने हल्के दा विकास कीता हुंदा तां अज उन्हां नूं हल्का बदलन दी लोड़ नहीं सी पैणी। अज तुसी सारे शहर दा गेड़ा ला के आओ, सड़कां टुटियां मिलणगियां, पानी दा निकास नहीं है, पीण वाले पानी दा सही प्रबंध नहीं है, पिंडां च जांदे रहो, अज दिक्कत है, सड़कां टुटियां। विरोधियों मुताबिक सुनाम हल्का हर पक्ष तों पछड़ चुक्या है। सियासी दावियां ते इल्जामां तों बाद जदों साडी टीम ने विकास की असल तस्वीर जानन दे लई हल्के दे बशिंदियां तों पुछिया कि खजाना मंत्री ने हल्के दे लई खजाने दा किन्ना कु मूंह खोलिया है, तां लोकां दीआं रलियां मिलियां दलीलां सन। ਪਾਣੀ ਦੀ ਕੋਈ ਘਾਟ ਨਹੀਂ ਹੈ ਜੀ, ਬਿਜਲੀ ਦੀ ਕੋਈ ਘਾਟ ਨਹੀਂ ਹੈ ਜੀ, ਪਾਣੀ ਬਥੇਰਾ, ਬਿਜਲੀ ਬਥੇਰੀ, ਡਾਕਟਰ ਸਾਰੇ ਵਧੀਆ ਨੇ ਜੀ, ਸਫਾਈ ਪੱਖੋਂ ਵੀ ਬਹੁਤ ਵਧੀਆ ਜੀ, ਵੀ ਹੋਰ ਹਸਪਤਾਲਾਂ ਨਾਲ ਠੀਕ ਆ, ਬਹੁਤ ਵਧੀਆ ਜੀ, ਸ਼ਹਿਰ ਡਿਵੈਲਪ ਠੀਕ ਵਧੀਆ ਹੋ ਗਿਆ ਜੀ, ਬਾਕੀ ਸਾਰੀਆਂ ਸੜਕਾਂ ਬਣ ਗਈਆਂ, ਐਸੀ ਗੱਲ ਨਹੀਂ, ਵਧੀਆ ਕੰਮ ਹੋ ਗਿਆ ਉਰੇ। ਅਤੇ ਸੀਵਰੇਜ ਦਾ ਪਰ ਨਾਲੀਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ, ਸੀਵਰੇਜ ਦਾ ਪਾਣੀ ਆਲੇ ਦੁਆਲੇ ਖੜ੍ਹ ਜਾਂਦਾ, ਬੁਰਾ ਹਾਲ ਹੀ ਹੈ ਇੱਥੇ ਨਾਲ, ਸੀਵਰੇਜ ਦਾ ਵੀ ਅਤੇ ਸਾਫ਼ ਸਫਾਈ ਦਾ ਵੀ, ਸ਼ਹਿਰ ਦਾ ਬੁਰਾ ਹਾਲ ਹੈ, ਬਹੁਤ ਗੰਦਾ। ਵਿਕਾਸ ਨੂੰ ਲੈ ਕੇ ਸਿਆਸੀ ਦਾਅਵੇ ਜੋ ਮਰਜ਼ੀ ਹੋਣ, ਪਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਹਲਕਾ ਬਦਲੇ ਜਾਣ ਤੋਂ ਬਾਅਦ ਵਿਰੋਧੀਆਂ ਨੂੰ ਇੱਕ ਮੁੱਦਾ ਮਿਲ ਗਿਆ ਹੈ। ਵਿਕਾਸ ਨੂੰ ਲੈ ਕੇ ਲੋਕਾਂ ਦਾ ਪੱਖ ਵੀ ਰਲਿਆ ਮਿਲਿਆ ਹੈ। ਢੀਂਡਸਾ ਦੇ ਹਲਕਾ ਛੱਡ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਨਾਮ ਤੇ ਆਪਣਾ ਕਬਜ਼ਾ ਬਰਕਰਾਰ ਰੱਖੇਗਾ ਜਾਂ ਫਿਰ ਪਾਸਾ ਪਲਟੇਗਾ, ਇਹ ਤਾਂ ਵਕਤ ਹੀ ਦੱਸੇਗਾ। ਦੇਸ਼ ਦੇ ਸੂਰਮੇ ਸ਼ਹੀਦ ਊਧਮ ਸਿੰਘ ਦੀ ਪਵਿੱਤਰ ਧਰਤੀ ਤੋਂ ਇਸ ਵਾਰ ਕਿਸ ਪਾਰਟੀ ਦਾ ਉਮੀਦਵਾਰ ਵਿਰੋਧੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਸਿਆਸੀ ਸੂਰਮਾ ਬਣਦਾ ਹੈਗਾ, ਇਹ ਸਮਾਂ ਹੀ ਦੱਸੇਗਾ। ਕੈਮਰਾਮੈਨ ਅਸ਼ਵਨੀ ਮਨਿਆਸ ਦੇ ਨਾਲ ਜਗਤਾਰ ਭੁੱਲਰ, ਜ਼ੀ ਮੀਡੀਆ, ਸੁਨਾਮ। ਤੇ ਹੁਣ ਗੱਲ ਜਗੜਾਓ ਹਲਕੇ ਦੀ ਕਰਦੇ ਆ, ਇੱਥੋਂ ਦੇ ਲੋਕ ਕੀ ਸੋਚਦੇ ਨੇ ਆਗਾਮੀ ਵਿਧਾਨ ਸਭਾ ਦੇ ਬਾਰੇ, ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਜਗੜਾਓ ਦੇ ਵਿੱਚ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ, ਇਹ ਰਿਪੋਰਟ ਦੇਖੋ। ਪੰਜਾਬ ਕੀ ਬਾਤ ਵਿੱਚ ਅੱਜ ਅਸੀਂ ਜਗਰਾਓਂ ਦੇ ਸ਼ੇਰਪੁਰ ਪਿੰਡ ਦੇ ਵਿੱਚ ਖੜ੍ਹੇ ਹਾਂ, ਜਿੱਥੇ ਅੱਜ ਅਸੀਂ ਇਹਨਾਂ ਜਿਹੜੇ ਕਿਸਾਨੀ ਲੋਕ ਨੇ ਇਹਨਾਂ ਨਾਲ ਗੱਲ ਕਰਾਂਗੇ ਕਿ ਇਹ ਆਉਣ ਵਾਲੇ 2017 ਦੇ ਚੁਣਾਵਾਂ ਦੇ ਵਿੱਚ ਕਿਸ ਮੁੱਦੇ 'ਤੇ ਕਿਹੜੀ ਸਰਕਾਰ ਨੂੰ ਚੁਣਨਗੇ। ਅੱਜ ਗੱਲ, ਹਾਂਜੀ, ਤੁਹਾਡਾ ਕੀ ਨਾਮ ਹੈ? ਪਰਮਿੰਦਰ ਸਿੰਘ ਜੀ। ਹਾਂਜੀ, ਦੱਸੋ ਕੀ ਤੁਹਾਡਾ ਕੀ ਮੁੱਦਾ ਰਹੇਗਾ ਇਸ ਵਾਰ ਆਪਣੀ ਵੋਟ ਨੂੰ ਇਸਤੇਮਾਲ ਕਰਨ? ਇਸ ਵਾਰ ਜੀ ਅਸੀਂ ਵੋਟ ਪਾਉਣ ਦੇ ਵਿੱਚ ਇਹ ਮੁੱਦਾ ਮੇਨ ਆ, ਸਾਨੂੰ ਜੋ ਫਾਲਤੂ ਟੈਕਸ ਲਗਾਏ ਜਾ ਰਹੇ ਨੇ, ਗਊ ਟੈਕਸ, ਫਲਾਨਾ ਟੈਕਸ, ਇਹ ਜੇਬ ਦੇ ਉੱਤੇ ਆਮ ਆਦਮੀ ਦੇ ਉੱਤੇ ਬੋਝ ਪਾ ਰਹੀਆਂ, ਜਿਹੜੀਆਂ ਸਰਕਾਰਾਂ ਅਸੀਂ ਉਹਨਾਂ ਤੋਂ ਛੱਡ ਕੇ ਜਿਹੜੀ ਸਰਕਾਰ ਸਾਡੇ ਆਮ ਬੰਦੇ ਬਾਰੇ ਸੋਚੇਗੀ ਅਸੀਂ ਉਹਨੂੰ ਵੋਟ ਪਾਉਣੀ ਚਾਹਾਂਗੇ, ਅਤੇ ਜਿਹੜੀ ਸਰਕਾਰ ਬੱਚਿਆਂ ਦੀ ਸਿੱਖਿਆ ਨੂੰ ਉੱਚਾ ਲੈ ਕੇ ਜਾਵੇ, ਚੰਗਾ ਸੋਚੇ ਸਾਡੇ ਆਮ ਜਨਤਾ ਬਾਰੇ, ਅਸੀਂ ਉਹਨੂੰ ਵੋਟ ਜ਼ਰੂਰ ਪਾਵਾਂਗੇ। ਹਾਂਜੀ, ਤੁਹਾਡੇ? ਜਗਤਾਰ ਸਿੰਘ ਬਰਾੜ ਜੀ। ਹਾਂਜੀ, ਦੱਸੋ ਕੀ ਤੁਸੀਂ ਕਹਿ ਰਹੇ ਹੋ? ਅਸੀਂ ਕਹਿ ਰਹੇ ਹਾਂ, ਵੇਖੋ ਜਿਹੜਾ ਅੱਗੇ ਸਾਡਾ ਹੈਗੇ ਦੁਕਾਨਾਂ ਦਾ ਢਾਹ ਢਵਾਈ ਬਾਰੇ,
ਇਹ ਦੁਕਾਨਾਂ ਹੀ ਸਾਡੀਆਂ ਗੱਲ ਵਿੱਚ ਆ ਗਈਆਂ। ਸਰਕਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਸਾਨੂੰ ਦੁਕਾਨਾਂ ਦਾ ਵੀ, ਇਦੂ ਕੋਈ ਵੀ ਹੋਰ ਪਾਸੇ ਕੋਈ ਗੁਜ਼ਾਰਾ ਨਹੀਂ ਸਾਡੇ ਵਾਸਤੇ। ਇਹਦੀ ਸਰਕਾਰ ਸਾਨੂੰ ਮੁਆਵਜ਼ਾ ਗੱਲ ਬਹੁਤ ਘੱਟ ਦੇ ਰਹੀ ਆ, ਜਿਵੇਂ 50,000 20,000 ਰੁਪਈਆ, ਸਾਡਾ ਇਹਦੇ ਨਾਲ ਗੁਜ਼ਾਰਾ ਨਹੀਂ ਚੱਲ ਸਕਦਾ, ਸਾਡਾ ਕੋਈ ਰੋਟੀ ਦਾ ਜਗਾੜ ਕਰ ਹੋਰ ਨਹੀਂ ਗੱਲ ਵੀ ਕਿਸੇ ਪਾਸੇ ਚੱਲ ਨਹੀਂ ਸਕਦਾ। ਜਾਂ ਤਾਂ ਇਹਦੀ ਥਾਂ 'ਤੇ ਸਾਨੂੰ ਜਗ੍ਹਾ ਦੀ ਥਾਂ ਜਗ੍ਹਾ ਦਿੱਤੀ ਜਾਵੇ, ਜਾਂ ਸਾਨੂੰ ਇਹਦਾ ਮੁਆਵਜ਼ਾ ਫੁੱਲ ਦਿੱਤਾ ਜਾਵੇ, ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ। ਮਤਲਬ ਵੀ ਜਦੋਂ ਸੜਕਾਂ ਦੀ ਜਦੋਂ ਚੌੜਾਈ ਵਧਾਈ ਜਾਵੇ, ਉਦੋਂ ਜਿਹੜੀਆਂ ਦੁਕਾਨਾਂ ਟੁੱਟਦੀਆਂ ਉਹਨਾਂ ਨੂੰ ਮੁਆਵਜ਼ਾ ਉਹਦੇ ਹਿਸਾਬ ਨਾਲ ਦਿੱਤਾ ਜਾਵੇ। ਹਾਂਜੀ, ਕੀ ਤੁਹਾਡਾ ਕੀ ਨਾਮ ਹੈ ਜੀ? ਹਰਸ਼ ਮੰਗਲ। ਹਾਂਜੀ, ਦੱਸੋ ਤੁਹਾਡਾ ਕੀ ਆਧਾਰ ਹੈ? ਅਸੀਂ ਚਾਹੁੰਦੇ ਹਾਂ ਵੀ ਜਨਤਾ ਵਾਸਤੇ ਸੜਕਾਂ ਵਗੈਰਾ, ਸਕੂਲ, ਹੈਲਥ ਵਾਸਤੇ ਇਹਦੇ ਬਾਰੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਸਰਕਾਰ, ਉਹੀ ਉਹਦੇ ਆਪਣੇ ਵਾਸਤੇ ਵਧੀਆ। ਸਰ, ਅਸੀਂ ਚਾਹੁੰਦੇ ਹਾਂ ਇੱਥੇ ਮਹਿਲਾਵਾਂ ਦੀ ਸੁਰੱਖਿਆ ਵੀ ਹੋਣੀ ਚਾਹੀਦੀ ਹੈ, ਔਰਤਾਂ ਦੀ ਸੁਰੱਖਿਆ ਵੀ ਹੋਣੀ ਚਾਹੀਦੀ ਹੈ, ਜਦਕਿ ਇੱਥੇ ਕੁਛ ਵੀ ਹੈ ਨਹੀਂ। ਅਸੀਂ ਉਸ ਚੀਜ਼ ਸਰਕਾਰ ਨੂੰ ਵੋਟ ਦੇਵਾਂਗੇ ਜਿਹੜਾ ਸਾਨੂੰ ਇਹ ਸਾਰੀਆਂ ਚੀਜ਼ਾਂ 'ਤੇ ਖਰੀ ਉੱਤਰ ਕੇ ਦਿਖਾਵੇ। ਕਿਵੇਂ ਕਿ ਹੁਣ ਆਪਾਂ ਦੇਖ ਲੈਂਦੇ ਕੋਈ ਮਹਿਲਾ ਨਾਲ ਕੋਈ ਹਾਦਸਾ ਹੋ ਜਾਂਦਾ ਤਾਂ ਸਰਕਾਰ ਉਹਦੇ ਮੁਜਰਮ ਨੂੰ ਬਿਲਕੁਲ ਹੀ ਪੋਲੀਟੀਕਲ ਪਾਰਟੀ ਦੇ ਦਬਾਅ ਦੇ ਵਿੱਚ ਆ ਕੇ ਛੱਡ ਦਿੰਦੀ ਆ, ਪਰ ਸਾਨੂੰ ਇਹ ਬਿਲਕੁਲ ਨਹੀਂ ਚਾਹੀਦਾ, ਸਾਨੂੰ ਉਹਨਾਂ ਦੀ ਸੁਰੱਖਿਆ ਪੂਰੀ ਹੀ ਚਾਹੀਦੀ ਆ। ਮੈਂ ਕਹਿੰਦਾ ਜੀ ਵੀ ਆਹ ਠੀਕ ਹੀ ਚੱਲੇ, ਇੱਕ ਬੰਦੇ ਤਾਂ ਜੀ ਵਧੀਆ ਮਾਹੌਲ ਆਵੇ, ਵਧੀਆ ਆਵੇ ਜੀ, ਸ਼ਾਂਤੀ ਵਾਲਾ ਮਾਹੌਲ ਵਧੀਆ ਆਵੇ ਜੀ। ਹਾਂ, ਇਹੀ ਮੈਂ ਤਾਂ ਚਾਹੁੰਦਾ ਜੀ। ਕਿਵੇਂ ਸ਼ਾਂਤੀ, ਕਿਵੇਂ ਤੁਹਾਡੀ ਕੀ ਮੰਗ? ਤੁਸੀਂ ਆਪਣਾ ਵੋਟ ਦਾ ਜਿਹੜਾ ਇਸਤੇਮਾਲ ਹੈਗਾ ਉਹ ਕਿੱਦਾਂ ਕਰੋਗੇ ਇਸ ਵਾਰ, ਕਿਸ ਆਧਾਰ 'ਤੇ ਕਰੋਗੇ? ਵੋਟ ਤਾਂ ਜੀ ਪਾਉਣੀ ਵੋਟ ਤਾਂ ਪਾਉਣੀ ਪੈਣੀ ਆ ਜੀ। ਹਾਂਜੀ ਹਾਂਜੀ, ਇਸ ਕਰਕੇ ਵੀ ਸ਼ਾਂਤੀ ਨਾਲ ਸਾਰਾ ਮਾਹੌਲ ਰਹੇ ਜੀ, ਵਧੀਆ ਮਾਹੌਲ ਰਹੇ। ਹਾਂਜੀ ਹਾਂ, ਵੋਟ ਤਾਂ ਪਾਉਣੀ ਪਾਉਣੀ ਆ ਜੀ। ਹਾਂਜੀ ਠੀਕ ਹੈ। ਜਿਵੇਂ ਅਸੀਂ ਦੇਖਿਆ ਇੱਥੇ ਸਭ ਨੇ ਆਪਣੇ ਚੁਣਾਵ ਜਿਹੜੇ 2017 ਦੇ ਵਿੱਚ ਜਿਹੜਾ ਆਪਣਾ ਵੋਟ ਦਾ ਇਸਤੇਮਾਲ ਹੈ ਇਸ ਆਧਾਰ 'ਤੇ ਕਿਹਾ ਕਿ ਜਿਵੇਂ ਮਹਿਲਾਵਾਂ ਦੀ ਮੇਨ ਇੱਥੇ ਸੁਰੱਖਿਆ ਦੀ ਗੱਲ ਕੀਤੀ ਗਈ ਹੈ ਕਿ ਅਗਰ ਉਹਨਾਂ ਨਾਲ ਕੋਈ ਘਟਨਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨੂੰ ਇਨਸਾਫ ਨਹੀਂ ਮਿਲ ਪਾਉਂਦਾ। ਅਤੇ ਜਿਵੇਂ ਸੜਕਾਂ ਦੀ ਗੱਲ ਹੋਈ, ਮੁਆਵਜ਼ੇ ਦੀ ਗੱਲ ਹੋਈ, ਸਕੂਲਾਂ ਦੀ ਗੱਲ ਹੋਈ, ਅਤੇ ਇਹਨਾਂ ਦੇ ਇਸੇ ਆਧਾਰ 'ਤੇ ਇਹਨਾਂ ਨੇ ਕਿਹਾ ਕਿ ਅਸੀਂ ਆਪਣੇ ਵੋਟ ਦਾ ਇਸਤੇਮਾਲ ਕਰਾਂਗੇ। ਜਗਰਾਓਂ ਤੋਂ ਤਪਿਨ ਮਲਹੋਤਰਾ, ਜ਼ੀ ਮੀਡੀਆ। ਵਾਰੀਆ ਸਾਡੇ ਅੱਜ ਦੇ ਸਵਾਲ ਦੀ, ਅੱਜ ਦਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਸਰਕਾਰ ਤੇ ਲਾਏ ਜਾ ਰਹੇ ਇਲਜ਼ਾਮ ਜੋ ਨੇ ਉਹ ਤੱਥਹੀਣ ਨੇ। ਹਾਂ ਦੇ ਲਈ ਟਾਈਪ ਕਰੋ ZPHS ਭੇਜੋ ਵਾਈ, ਨਾ ਦੇ ਲਈ ਟਾਈਪ ਕਰੋ ZPHS ਭੇਜੋ ਐਨ, ਤੇ ਆਪਣੇ ਜਵਾਬ 57575 ਤੇ SMS ਕਰ ਦਿਓ। ਤੁਹਾਡੀ ਰਾਏ ਰਾਤ 9 ਵਜੇ ਪੰਜਾਬ ਹੈਡਲਾਈਨ 'ਚ ਦਿਖਾਵਾਂਗੇ।